ਘੜੀ ਤੋਂ ਲਾ ਰਹੇ ਨੇ ਜਾਨਵਰ। ਲੋ ਜੀ ਇਹ ਦੋ ਜਾਨਵਰ ਆਏ ਨੇ ਤੇ ਮਜ਼ੀਦ ਆਪਾਂ ਤੁਹਾਨੂੰ ਜਾਨਵਰ ਵਿਖਾ ਰਹੇ ਹਾਂ। ਵਪਾਰੀ ਪਿੱਛੇ ਪੈ ਗਏ ਨੇ ਉਹਨਾਂ ਦੇ ਜਾਨਵਰ ਵੇਖਣ, ਪਰ ਇੱਥੇ ਸਸਤੇ ਸਸਤੇ ਲੈ ਕੇ ਅਤੇ ਫਿਰ ਉੱਥੇ ਜਿੱਥੇ ਪਹਿਲੇ ਬੰਨੇ ਹੋਏ ਨੇ ਉੱਥੇ ਜਾ ਕੇ ਇਹ ਬੰਨ ਕੇ ਅਤੇ ਮਹਿੰਗੇ ਵੇਚਣਗੇ, ਫਿਰ ਲੈ ਲੈਂਦੇ ਨੇ ਅਤੇ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਜਾਨਵਰ। ਪਹਿਲੇ ਇਹ ਦੋ ਵਾਲੇ ਦੋ ਜਿਹੜੇ ਜਾਨਵਰ ਨੇ ਆਪਾਂ ਪਹਿਲਾਂ ਇਹ ਵਿਖਾਉਂਦੇ ਹਾਂ। ਲੋ ਜੀ ਮਾਸ਼ਾਅੱਲਾ ਤਕਰੀਬਨ ਬਚ ਗਿਆ ਜੀ, ਬਚ ਗਿਆ ਤੇ ਤਕਰੀਬਨ ਹੀ। ਲੋ ਜੀ ਦੂਜਾ ਵੇਖ ਲੰਮਾ ਕਰੇ, ਉਹਨੂੰ ਲਾਉਣ ਦਾ ਬਲ ਹੀ ਨਹੀਂ ਆਇਆ। ਉਹ ਜੀ ਆਪਾਂ ਇਹਦਾ ਰੇਟ ਵਗੈਰਾ ਪੁੱਛਦੇ ਹਾਂ ਕੀ ਹੈ ਹੁਣੇ ਨਾਲ ਹੀ। ਸਰ ਜੀ ਕਿੰਨੇ ਦਾ ਹੈਗਾ ਜੇ? ਫਿਰ ਵੀ ਕੀ ਮੰਗਦੇ ਜੇ? ਦੋ ਇਹ ਤਾਂ ਗੋੜੀ ਹੈ, ਦੋ ਦੋ ਮੰਗਦੇ ਨੇ ਸਰਲ ਵਿੱਚ। ਉਹ ਸਰਲ ਵਛੇਰੀ ਦਾ ਦੋ ਮੰਗਦੇ ਜੇ ਅਤੇ ਇਹ ਸਰ ਜੀ ਕੀ ਮੰਗਦੇ ਜੇ? ਇਹਦਾ ਇਹਦਾ ਵੀ ਦੋ ਮੂੰਹ ਕੀ ਸਰਲ? ਇਹ ਵੀ ਸਰਲ ਹੈ ਜੀ, ਇਹਦਾ ਵੀ ਦੋ ਮੰਗਦੇ ਨੇ। ਅਤੇ ਉਸਤਾਦ ਜੀ ਆਪਣਾ ਰਾਬਤਾ ਨੰਬਰ ਕੀ ਹੈ? 43 77 53 102 ਅਤੇ ਨਾਮ ਭਾਈ ਦਾ? ਸੈਫਲ ਮਲੂਕ। ਲਓ ਜੀ ਉਹਦਾ ਵੀ ਦੋ ਅਤੇ ਇਹਦਾ ਵੀ ਦੋ, ਦੋ ਅਤੇ ਦੋ ਚਾਰ, ਚਾਰ ਕਾਪੀਆਂ ਬਹੁਤ ਹੁੰਦੀਆਂ ਜੇ। ਰਾਬਤਾ ਨੰਬਰ ਆ ਗਿਆ ਅਤੇ ਅਗਰ ਜਾਨਵਰ ਤੁਹਾਨੂੰ ਚਾਹੀਦੇ ਹੋਣ ਤਾਂ ਤੁਸੀਂ ਰਾਬਤਾ ਕਰਕੇ ਖਰੀਦ ਸਕਦੇ ਜੇ। ਉਹ ਜਾਨਵਰ ਖੁੱਲ੍ਹ ਗਿਆ, ਉਹ ਵੀ ਮੈਂ ਤੁਹਾਨੂੰ ਜਾਨਵਰ ਵਿਖਾਉਂਦਾ। ਦੋ ਜੀ ਲਿਆ ਜਾਨਵਰ ਉਤਰਦੇ ਪਏ ਨੇ ਇਹ ਮਾਸ਼ਾਅੱਲਾ ਜਾਨਵਰ ਜੇ ਡਬਲ ਬਾਡੀ ਦਾ। ਸਰ ਜੀ ਕਿੰਨੇ ਦਾ ਹੈਗਾ ਜੇ? ਇਹ ਕਿੰਨੇ ਦਾ ਜੀ ਪਤਾ ਹੀ? ਚਾਚਾ ਕੀ ਮੰਗਣਾ ਇਹਦਾ? ਲੈ ਲੈ ਲੈਣ ਸਾਦ ਕੀ ਹਾਲ ਹੈ? ਬਛੇਰੀ ਕੀ ਮੰਗਦੇ ਜੀ? ਬਛੇਰੀ ਦਾ 140 ਅਤੇ ਉਹ ਵਾਲਾ 150 ਅਤੇ ਉਹ ਜਿਹੜਾ ਡਬਲ ਬਾਡੀ ਹੈ ਮਾਸ਼ਾਅੱਲਾ ਹੈ 140 ਦਾ ਜੇ, ਉਹ 150 ਦੀ ਜੇ। ਹੋਰ ਆਪਾਂ ਦਿਖਾਉਂਦੇ ਹਾਂ ਕਿੰਨੀ ਕੀਮਤ ਹੈ? 4 ਲੱਖ ਰੁਪਈਆ, 4 ਸਾਲ ਉਮਰ, 4.5 ਲੱਖ ਰੁਪਈਆ, 2.5 ਲੱਖ ਰੁਪਇਆ, 4 ਸਾਲ ਉਮਰ। ਅਤੇ ਉਸਤਾਦ ਜੀ ਇਹਦਾ ਕੀ ਜੇ? 3.5 ਲੱਖ ਅਤੇ ਇਹ ਮੂੰਹ ਕੀ ਹੈ? 4-5 ਚਾਰ ਹੈ, ਇਹ ਵੀ 4 ਹੈ, 3.5 ਲੱਖ, 3.5 ਲੱਖ ਰੁਪਇਆ। ਅਤੇ ਉਸਤਾਦ ਜੀ ਆਪਣਾ ਰਾਬਤਾ ਨੰਬਰ ਕੀ ਹੈ? 0342 41 55 184 184। ਲਓ ਜੀ ਇਹਨਾਂ ਕੋਲ ਜਾਨਵਰ ਜੇ, ਅਗਰ ਜਾਨਵਰ ਪਸੰਦ ਆਏ ਨੇ ਇਹਨਾਂ ਨਾਲ ਰਾਬਤਾ ਕਰਕੇ ਤੁਸੀਂ ਜਾਨਵਰ ਲੈ ਸਕਦੇ ਜੇ। ਅਗਲੀ ਵੀਡੀਓ ਦੇ ਵਿੱਚ ਫਿਰ ਮੁਲਾਕਾਤ ਹੋਏਗੀ, ਇਜਾਜ਼ਤ ਚਾਹੁੰਦਾ ਜੀ, ਅੱਲਾ ਹਾਫਿਜ਼।